ਪੰਜਾਬੀ ਭਾਸ਼ਾ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੇ ਵੱਲੋਂ ਭਗਵੰਤ ਸਿੰਘ ਮਾਨ ਜਿਨ੍ਹਾਂ ਦੇ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਸਰਕਾਰ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਆ ਕਿ ਜੇ ਬੋਰਡ ਅਸੀਂ ਬਹੁਤ ਜਗ੍ਹਾ ਦੇ ਉੱਤੇ ਦੇਖਦੇ ਹਾਂ ਤਾਂ ਪਤਾ ਹੀ ਨਹੀਂ ਲੱਗਦਾ ਵੀ ਆਪਾਂ ਪੰਜਾਬ ਦੇ ਵਿੱਚ ਹਾਂ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਹਾਂ ਜੇ ਇੰਗਲਿਸ਼ ਕੈਪਸ਼ਨ ਆਉਂਦੀ ਆ ਇੰਗਲਿਸ਼ 'ਚ ਲਿਖਿਆ ਹੋਇਆ ਫਿਰ ਹਿੰਦੀ 'ਚ ਲਿਖਿਆ ਫਿਰ ਪੰਜਾਬੀ 'ਚ ਲਿਖਿਆ ਹੋਇਆ ਤਾਂ ਇੰਗਲਿਸ਼ ਦਾ ਹੀ ਅਸੀਂ ਇੱਦਾਂ ਕੁ ਪੜ੍ਹਦੇ ਹਾਂ ਬਾਕੀ ਦੋਨੋਂ ਸੱਤੋਂ ਮਿਸ ਹੋ ਜਾਂਦੇ ਪੰਜਾਬੀ ਭਾਸ਼ਾ ਪ੍ਰਮੋਟ ਕਰਨ ਲਈ ਇਕੱਲੇ ਸਰਕਾਰ ਨੂੰ ਨਹੀਂ ਸਾਨੂੰ ਆਪ ਉਪਰਾਲਾ ਕਰਨਾ ਪੈਣਾ ਇਸ ਚੀਜ਼ ਨੂੰ ਅਸੀਂ ਹਮੇਸ਼ਾ ਇਹ ਦੇਖਦੇ ਰਹੇ ਹਾਂ ਬਈ ਧਰਨੇ ਵੀ ਮਾਰੇ ਆ ਅਤੇ ਰੈਲੀਆਂ ਵੀ ਕੀਤੀਆਂ ਪੰਜਾਬੀ ਦੇ ਵਾਸਤੇ ਪਰ ਉਹ ਚਿੱਠੀਆਂ ਹੀ ਨਹੀਂ ਸਾਡੇ ਲੋਟ ਆਈਆਂ ਵੀ ਜਿਹੜੀਆਂ ਉਹ ਇੰਗਲਿਸ਼ ਵਿੱਚ ਕੱਢਦੇ ਰਹੇ ਦੋਨਾਂ ਸਰਕਾਰਾਂ ਦੇ ਇਹੀ ਰਵੱਈਆ ਰਿਹਾ ਪਹਿਲ ਪੰਜਾਬੀ ਨੂੰ ਕਰਨੀ ਚਾਹੀਦੀ ਆ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਭਾਸ਼ਾ ਦੇ ਵਿੱਚ ਮਰਜ਼ੀ ਬੋਰਡ ਲਿਖ ਲੈਣ ਤਾਂ ਕਿ ਅਗਲੇ ਦੇ ਹਰ ਇੱਕ ਤੇ ਸਮਝ ਆ ਸਕੇ ਨਵੀਂ ਪੀੜ੍ਹੀ ਨੂੰ ਇਹੀ ਆ ਵੀ ਜਿਵੇਂ ਹੁਣ ਬਾਹਰ ਨੂੰ ਵੀ ਜਾਂਦੇ ਆ ਬੱਚੇ ਇੱਥੋਂ ਪੜ੍ਹ ਕੇ ਬਾਹਰ ਵੀ ਜਾਂਦੇ ਜਾਣ ਉਹ ਇਹਦੇ 'ਚ ਉਹਨਾਂ ਦੀ ਖੁਸ਼ੀ ਆ ਆਪਣੀ ਪਰ ਉਹ ਪੰਜਾਬੀ ਨੂੰ ਕਦੀ ਨਾ ਭੁੱਲਣ ਲੋਕਾਂ ਦੇ ਅੰਦਰ ਵੀ ਕੋਈ ਮੰਦੀ ਭਾਵਨਾ ਨਹੀਂ ਪੰਜਾਬੀ ਭਾਸ਼ਾ ਬਾਰੇ ਉਹਨਾਂ ਨੂੰ ਸਿਰਫ ਜਾਗਰੂਕ ਕਰਨ ਦੀ ਲੋੜ ਆ ਪੰਜਾਬੀ ਭਾਸ਼ਾ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੇ ਵੱਲੋਂ ਭਗਵੰਤ ਸਿੰਘ ਮਾਨ ਜਿਨ੍ਹਾਂ ਦੇ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਚਿੱਠੀ ਜਾਰੀ ਕੀਤੀ ਗਈ ਹੈ ਕਿ ਪੰਜਾਬ ਦੇ ਅੰਦਰ ਵਪਾਰਕ ਅਦਾਰੇ ਸਰਕਾਰੀ ਅਦਾਰਿਆਂ ਦੇ ਉੱਪਰ ਜੋ ਬੋਰਡ ਨੇ ਸਾਈਨ ਬੋਰਡ ਨੇ ਜੋ ਬੋਰਡ ਨੇ ਪੰਜਾਬੀ ਵਿੱਚ ਲਿਖੇ ਜਾਣ ਜਿਸ ਨੂੰ ਲੈ ਕੇ ਇੱਕ ਮਾਂ ਬੋਲੀ ਪ੍ਰਤੀ ਪੰਜਾਬ ਸਰਕਾਰ ਦਾ ਨਜ਼ਰੀਆ ਇੱਕ ਬੜਾ ਹੀ ਉੱਦਮਯੋਗ ਸ਼ਲਾਘਾ ਜੋ ਕਿਹਾ ਜਾ ਸਕਦਾ ਹੈ ਕਿ ਜਿਸ ਦੇ ਨਾਲ ਪੰਜਾਬ ਦੇ ਅੰਦਰ ਪੰਜਾਬੀ ਨੂੰ ਪ੍ਰਫੁੱਲਤ ਕਰਨ ਵਾਸਤੇ ਇੱਕ ਵੱਡਾ ਹੁਲਾਰਾ ਮਿਲਣ ਦੀ ਆਸ ਹੈ ਪੰਜਾਬ ਦੇ ਅੰਦਰ ਵੱਖ ਵੱਖ ਥਾਵਾਂ ਦੇ ਉੱਤੇ ਲੱਗੇ ਹੋਏ ਪੰਜਾਬੀ ਦੇ ਬੋਰਡ ਪੰਜਾਬ ਦੇ ਲੋਕਾਂ ਨੂੰ ਪ੍ਰੇਰਿਤ ਕਰਨਗੇ ਕਿ ਪੰਜਾਬ ਦੀ ਮਾਂ ਬੋਲੀ ਦੇ ਨਾਲ ਜੁੜਿਆ ਜਾਵੇ ਔਰ ਜਿੱਥੇ ਵੱਡੇ ਵੱਡੇ ਅਦਾਰਿਆਂ ਵੱਲੋਂ ਇੰਗਲਿਸ਼ ਔਰ ਹਿੰਦੀ ਦੇ ਬੋਰਡ ਲਿਖੇ ਗਏ ਨੇ ਉਹਨਾਂ ਨੂੰ ਵੀ ਨਸੀਹਤ ਦੇਣ ਦੇ ਬਾਰੇ ਪ੍ਰਧਾਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਅਸੀਂ ਕਿਸੇ ਭਾਸ਼ਾ ਦੇ ਖਿਲਾਫ ਨਹੀਂ ਭਾਵੇਂ ਪੰਜਾਬ ਸਰਕਾਰ ਦਾ ਵੀ ਕਹਿਣਾ ਕਿ ਪਰੈਪਸ ਤੌਰ 'ਤੇ ਫਸਟ ਤੌਰ 'ਤੇ ਪਹਿਲੀ ਭਾਸ਼ਾ ਜੋ ਲਾਈਨ ਹੈ ਉਹ ਪੰਜਾਬੀ ਦੀ ਹੋਵੇ ਉਸ ਤੋਂ ਬਾਅਦ ਤੁਸੀਂ ਹਿੰਦੀ ਅੰਗਰੇਜ਼ੀ ਜੋ ਭਾਸ਼ਾ ਚਾਹੋ ਉਹਨੂੰ ਲਿਖ ਸਕਦੇ ਹੋ ਪੰਜਾਬੀ ਭਾਸ਼ਾ ਨੂੰ ਲੈ ਕੇ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਲੇਖਕਾਂ ਦਾ ਪੰਜਾਬ ਦੇ ਬੁੱਧੀਜੀਵੀਆਂ ਦਾ ਕੀ ਪ੍ਰਤੀਕਰਮ ਸਾਡੇ ਨਾਲ ਜੁੜੇ ਨੇ ਅੱਜ ਗੁਰਦਿਆਲ ਦਲਾਲ ਜੀ ਜੋ ਪੰਜਾਬ ਦੇ ਬਹੁਤ ਵੱਡੇ ਉੱਘੇ ਇੱਕ ਰਾਈਟਰ ਨੇ ਲੇਖਕ ਨੇ ਪੰਜਾਬੀ ਭਾਸ਼ਾ ਨਾਲ ਪਿਆਰ ਕਰਦੇ ਆ ਔਰ ਪੰਜਾਬੀ ਲਈ ਕੰਮ ਵੀ ਕਰ ਰਹੇ ਨੇ ਗੱਲ ਕਰ ਲਵਾਂਗੇ ਦਲਾਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਪੰਜਾਬੀ ਭਾਸ਼ਾ ਬਾਰੇ ਸਰਕਾਰ ਵੱਲੋਂ ਜੋ ਲੈਟਰ ਜਾਰੀ ਕੀਤਾ ਗਿਆ ਮਾਨ ਸਾਹਿਬ ਇਹ ਜਿਹੜੇ ਸਾਡੇ ਨੇਤਾ ਲੋਕ ਹੈ ਪਹਿਲੇ ਭਗਵੰਤ ਮਾਨ ਜੀ ਤੋਂ ਪਹਿਲਾਂ ਜਿਹੜੇ ਮੁੱਖ ਮੰਤਰੀ ਆਏ ਆ ਗਿੱਲ ਸਾਹਿਬ ਤੋਂ ਬਾਅਦ ਕੋਈ ਐਸਾ ਮੁੱਖ ਮੰਤਰੀ ਸਾਨੂੰ ਨਹੀਂ ਦਿਖਿਆ ਜਿਹੜਾ ਪੰਜਾਬੀ ਦੇ ਹੱਕ ਵਿੱਚ ਹੋਵੇ ਜੀ ਇਹਦੇ ਕੁਛ ਕਾਰਨ ਵੀ ਆ ਜੀ ਵੀ ਉਹਨਾਂ ਦੇ ਆਪਣੇ ਬੱਚੇ ਮੁੱਖ ਮੰਤਰੀਆਂ ਦੇ ਆਪਣੇ ਬੱਚੇ ਉਹਨਾਂ ਦਾ ਪਹਿਲਾਂ ਹੀ ਧਰਤੀ ਦੇ ਨਾਲੋਂ ਮੋਹ ਟੁੱਟ ਗਿਆ ਅਤੇ ਉਹ ਬਾਹਰਲੇ ਕੰਟਰੀਜ਼ ਵਿੱਚ ਜਾ ਕੇ ਪੜ੍ਹੇ ਆ ਬਾਹਰਲੇ 'ਚ ਵਿੱਦਿਆ ਹਾਸਲ ਕੀਤੀ ਆ ਬਾਹਰਲੇ 'ਚ ਉਸੇ ਤਰ੍ਹਾਂ ਬੋਲਦੇ ਸੀ ਉਸੇ ਤਰ੍ਹਾਂ ਕਰਦੇ ਸੀ ਕਿਉਂਕਿ ਮੈਂ ਸਾਇੰਸ ਭਾਵਾਂ ਨਾਲ ਜੁੜਿਆ ਹੋਇਆ ਅਸੀਂ ਹਮੇਸ਼ਾ ਇਹ ਦੇਖਦੇ ਰਹੇ ਹਾਂ ਬਈ ਧਰਨੇ ਵੀ ਮਾਰੇ ਆ ਅਤੇ ਰੈਲੀਆਂ ਵੀ ਕੀਤੀਆਂ ਪੰਜਾਬੀ ਦੇ ਵਾਸਤੇ ਪਰ ਉਹ ਚਿੱਠੀਆਂ ਹੀ ਨਹੀਂ ਸਾਡੇ ਲੋਟ ਆਈਆਂ ਵੀ ਜਿਹੜੀਆਂ ਉਹ ਇੰਗਲਿਸ਼ ਵਿੱਚ ਕੱਢਦੇ ਰਹੇ ਜੀ ਦੋਨਾਂ ਸਰਕਾਰਾਂ ਦੇ ਇਹੀ ਰਵੱਈਆ ਰਿਹਾ ਅਤੇ ਹੁਣ ਜਿਸ ਦਿਨ ਮੈਂ ਇਹ ਖਬਰ ਪੜ੍ਹੀ ਬਈ ਮਾਨ ਸਾਹਿਬ ਨੇ ਇਹ ਇੱਕ ਜਾਰੀ ਕੀਤਾ ਆਰਡਰ ਕਿ ਤੁਸੀਂ ਸਾਰੇ ਜਿੰਨੇ ਬੁੱਧੀਜੀਵੀ ਆ ਲੇਖਕ ਹੈਗੇ ਹੋ ਰਹੇ ਕੋਸ਼ਿਸ਼ ਕਰਕੇ ਆਪਣੇ ਪਿੰਡਾਂ ਸ਼ਹਿਰਾਂ 'ਚ ਜਿੰਨੇ ਵੀ ਅਦਾਰੇ ਹੈਗੇ ਉਹਨਾਂ ਦੇ ਬਾਹਰ ਦੁਕਾਨਾਂ ਹੈਗੀਆਂ ਉਹਨਾਂ ਦੇ ਬਾਹਰ ਜਿਹੜਾ ਵੀ ਬੋਰਡ ਲਾਉਣਾ ਉਹਦੇ ਉੱਪਰ ਨੰਬਰ 1 'ਤੇ ਪੰਜਾਬੀ ਹੋਣੀ ਚਾਹੀਦੀ ਹੈ ਇੱਕ ਬਹੁਤ ਵੱਡੀ ਗੱਲ ਹੈ ਅਤੇ ਬੜੀ ਰੂਹ ਖੁਸ਼ ਹੋਈ ਹੈ ਵੀ ਉਹਨਾਂ ਨੇ ਇਸ ਨੂੰ ਰਾਣੀ ਦਾ ਦਰਜਾ ਕੀ ਪ੍ਰਭਾਵ ਪਏਗਾ ਇਹਦਾ ਪ੍ਰਭਾਵ ਇਹੀ ਪਏਗਾ ਵੀ ਇੱਕ ਜਿਹੜੀ ਭਾਸ਼ਾ ਹੈ ਉਸ ਨੂੰ ਪਹਿਲੀ ਲਾਈਨ ਦੇ ਵਿੱਚ ਖੜਾ ਦੇਣਾ ਬਹੁਤ ਵੱਡੀ ਗੱਲ ਹੈ ਅਸੀਂ ਦੇਖਦੇ ਹਾਂ ਬਈ ਜੇ ਇੰਗਲਿਸ਼ ਲਿਖੀ ਹੋਈ ਆ ਹਿੰਦੀ 'ਚ ਕੈਪਸ਼ਨਾਂ ਹੀ ਆਉਂਦੀਆਂ ਟੀ ਵੀ 'ਤੇ ਲੈ ਲਓ ਤੁਸੀਂ ਜੇ ਇੰਗਲਿਸ਼ ਕੈਪਸ਼ਨ ਆਉਂਦੀ ਆ ਇੰਗਲਿਸ਼ 'ਚ ਲਿਖਿਆ ਹੋਇਆ ਫਿਰ ਹਿੰਦੀ 'ਚ ਲਿਖਿਆ ਫਿਰ ਪੰਜਾਬੀ 'ਚ ਲਿਖਿਆ ਹੋਇਆ ਤਾਂ ਇੰਗਲਿਸ਼ ਦਾ ਹੀ ਅਸੀਂ ਇੱਦਾਂ ਕੁ ਪੜ੍ਹਦੇ ਹਾਂ
बाकी दोनों ही छत्तों मिस हो जाने हैं। तो इस तरह ही बोर्ड भी नंबर एक तो साड़ी निगाह उपर पहली लाइन पर जाती है, फिर दूजी तो फिर तीजी तो इस तरह होंगी है गल। ये इस करके उन्होंने एक दर्जा पंजाबी बोली नूं दिता, एक बहुत वड्डी गल है। मैं समझदा भी इहदे नाल जे माड़ी मोटी बंदियां नूं समझा के सख्ती तां करके असीं कुछ भी नहीं कर सकते, कोई प्राप्ति सख्ती दे नाल नहीं हो सकती, प्यार दे नाल प्राप्त की जा सकती है। भई जे कोई ये भी कहता भी मैं तो भाई हिंदी का बंदा या मैं हिंदी, क्योंकि उसका वाह जिहड़ा हैगा दुकानदार का वाह वह उन्हां लोकां दे नाल है जिन्होंने जिहड़े पंजाबी पढ़ सकते हैं। ईवन जिहड़े बाहरों मजदूर साढ़े इत्थे आउंदे आ उन्होंने सारे बच्चे लगभग सा उन्होंने बच्चे स्कूलों के सरकारी स्कूलों पढ़ रहे हैं, तो बहुत वधिया वो पंजाबी बोलते हैं, तो बहुत वधिया प्राप्ति भी कर रहे हैं। मैनू ये भी लगता भई वह इन्नी मेहनत करते हैं बच्चे, उन्होंने एहसास है भी साडे पैर जिहड़े हैगे ना जिल्लण दे विच फसे हुए हैं, तो असी इन्हां दे विचों निकलना है। एक है जदों असी एक बंदा जिहड़ा कि रिच है अपने बच्चों मोटरसाइकिल लैके दे दिता, तो चलो वह होर तरह के उहदे विच पलदा हैगा, तो वह बच्चे जिहड़े उन्होंने मजदूरों के बच्चे हैं वह क्योंकि पंजाबी स्कूलों पढ़ रहे हैं तो पंजाबी सीख रहे हैं, ये साड़ी पंजाबी बोलण वाल गिणती भी वाधा हो रहा है। दराज साहब गल करिए सरकार वालों जो बोर्ड लिखने की गल की गई है, तुसीं उहनूं किवें देखदे हो, मतलब की है सरकार का? नहीं मतलब सरकार का मैं यही दस रहा थोनों भी जिहड़ा जिहड़ी पंजाबी है इस नूं उच्च दर्जा देता, नंबर एक तो पंजाबी उन्होंने रखी है, तो पंजाबी होनी चाहिए है, यही मकसद है पंजाबी नूं हाईलाइट करन दा। तुसीं की मैसेज दोगे नवीं पीढ़ी नूं? नवीं पीढ़ी नूं यही है भी जिवें हुण बाहर नूं भी जांदे आ बच्चे इत्थों पढ़ के बाहर भी जांदे जाण, उह इहदे च उहनां दी खुशी है अपनी, पर उह पंजाबी नूं कदी ना भुल्लण, पंजाबी नाल रखण, क्योंकि अगलियां पीढ़ियां तक इह ट्रैवल करदी रहे। सो दर्शको, इस सन पंजाबी दे उगे लेखक ते राइटर गुरदयाल दलाल जी जिन्हां दा कहना कि पंजाबी माँ भाषा नूं तिलांजलि देना एक साढ़े वास्ते नुकसानदायक साबित होएगा, जिस नूं लैके उहनां दा मैसेज भी है कि सानूं पंजाबी भाषा प्रति मोह जागना चाहिए है और पंजाबी नाल जुड़दे होए हां अपने देश और खिते की सेवा करनी चाहिए है। सो तराह तो लाल सिंह मंडी रिपोर्ट।